ਹੈਲੋ ਐਵਰੀਵਨ, ਜੈ ਸ਼੍ਰੀ ਰਾਮ, ਜੈ ਮਹਾਕਾਲ, ਮਹਾਦੇਵ ਜੈ ਡੁੱਗਰ, ਜੈ ਮਾਂ ਡੋਗਰੀ। ਅਤੇ ਮੈਂ ਇਸ ਵੇਲੇ ਜਿਹੜਾ ਹਾਂ ਬਾਰਡਰ ਇਲਾਕੇ ਵਾਲੀ ਸਾਈਡ ਆਇਆ ਹਾਂ, ਔਰ ਜਿਸ ਵੇਲੇ ਮੈਂ ਇੱਕ ਘਰ ਦੇ ਵਿੱਚ ਪੁੱਜਾਂ ਅਤੇ ਉੱਥੇ ਮੈਨੂੰ ਜਿਹੜੀ ਹੈ ਇੱਕ ਪੁਰਾਣੀ ਚੀਜ਼ ਜਿਹੜੀ ਆ ਉਹ ਯਾਦਗਾਰ ਆਈ ਹੈ। ਲੇਕਿਨ ਅੱਜ ਕੱਲ੍ਹ ਦੀ ਗੱਲ ਕਰ ਜਾ ਫਰਸ਼ ਦੀ, ਫਰਸ਼ ਜਿਹੜੇ ਨੇ ਲੋਕ ਟਾਈਲਾਂ ਅਤੇ ਮਾਰਬਲ ਜਿਹੜਾ ਇੱਕ ਕੋਲ ਇੱਕ ਵਧੀਆ ਪਵਾ ਕਰਦੇ ਨੇ। ਲੇਕਿਨ ਬਚਪਨ ਜਿਹੜਾ ਚੇਤਾ ਆਈ ਹੈ, ਜਿਸਲੇ ਮੈਂ ਵੀ ਆਪਣੇ ਟਾਈਮ 'ਚ ਜਿਹੜਾ ਹੈ ਜਿਸਲੇ ਗੋਤੀ ਫੇਰਦੇ ਹੁੰਦੇ ਸੀ, ਕੱਚਾ ਵਿਹੜਾ ਹੁੰਦਾ ਹਾਂ ਅਤੇ ਗੋਤੀ ਫੇਰਨੀ ਬਰਸਾਤੀ ਦੇ ਬਾਅਦ 'ਚ ਜਾਂ ਬਰਸਾਤੀ ਕੋਲ ਪਹਿਲਾਂ, ਅਤੇ ਉਹ ਗੋਤੀ ਫੇਰਦੇ ਸੀ। ਅਤੇ ਅੱਜ ਜਿਹੜਾ ਮੈਂ ਇੱਥੇ ਪੁੱਜਾ, ਔਰ ਇੱਥੇ ਹੈ ਤਾਜ਼ਾ ਤਾਜ਼ਾ ਗੋਹਾ ਜਿਹੜਾ ਆ ਉਹ ਫੇਰਦਾ। ਤੁਸੀਂ ਦੇਖੀ ਸਕਦੇ ਹੋ ਕਿ ਤਾਜ਼ਾ ਤਾਜ਼ਾ ਗੋਹਾ ਇੱਥੇ ਫੇਰੇਦਾ, ਔਰ ਉਹ ਟਾਈਮ ਹਾਂ ਕਿ ਅਸੀਂ ਵੀ ਆਪਣੇ ਘਰ ਮਿੱਟੀ ਲੇਪਦੇ ਰਹੇ ਔਰ ਗੋਹਾ ਫੇਰਦੇ ਰਹੇ, ਔਰ ਵਿਹੜਾ ਜਿਹੜਾ ਹਾਂ ਬੜਾ ਸ਼ੈਲ ਲੱਗਦਾ ਹਾਂ ਔਰ ਸੁੱਚਾ ਵਿਹੜਾ ਹੁੰਦਾ ਹਾਂ। ਲੇਕਿਨ ਇੱਧਰ ਗੱਲ ਕਰ ਚਾਹੀਂ ਤਾਂ ਇੱਧਰ ਵੀ ਚੁੱਲ੍ਹ ਵੀ ਹੈ, ਇਹ ਵੀ ਚੁੱਲ੍ਹ ਜਿਹੜੀ ਹੈ ਦਿਨ ਬਾ ਦਿਨ ਜਿਹੜੀ ਆ ਲੁਪਤ ਹੁੰਦੇ ਜਾ ਰਹੀ ਹੈ। ਅਤੇ ਕਿੰਨਾ ਸ਼ੈਲ ਲੱਗਦਾ ਜਿਲ੍ਹਾ ਗੋਹਾ ਫੇਰਦਾ ਵਾ, ਪੋਚਾ ਫੇਰਦਾ ਵਾ, ਅਤੇ ਚੁੱਲ੍ਹੇ ਦੀ ਵੀ ਜਿਹੜੀ ਆ ਉਹ ਟੋਰ ਲੱਗਦੀ ਹੈ। ਅਤੇ ਇਸ ਵਿਹੜੇ 'ਚ ਮੈਂ ਜਿਲ੍ਹਾ ਖੜੋਤੇ ਦਾ ਹਾਂ, ਔਰ ਇਹ ਵਿਹੜਾ ਤੁਸੀਂ ਦੇਖ ਸਕਦੇ ਹੋ ਕਿ ਗੋਹਾ ਫੇਰਦਾ ਔਰ ਗੋਹੇ ਕੰਨੇ ਜਿਹੜਾ ਆਖਦੇ ਸੁੱਚ ਜਿਹੜੀ ਆ ਉਹ ਹੁੰਦੀ ਹੈ। ਔਰ ਇਹ ਸਾਹਮਣੇ ਤੁਸੀਂ ਟਵਰਾ ਦੇਖ ਸਕਦੇ ਹੋ ਕਿ ਟਵਰਿਆ ਉਹ ਹੈ, ਅਤੇ ਇੱਕ ਪਾਸੇ ਚੁੱਲ੍ਹ ਪੱਕਾ ਦੀ, ਉਹ ਇੱਧਰ ਫੁਲਕੇ ਪੱਕਾ ਦੇ ਹੋਣਾ ਜਾਂ ਚੁੱਲ੍ਹਾ 'ਚ ਟੋਡੇ ਪੱਕਾ ਦੇ ਹੋਣਾ, ਅਤੇ ਉਹ ਟਾਈਮ ਜਿਹੜਾ ਆ ਉਹ ਸਾਨੂੰ ਚੇਤਾਈਂਦਾ ਆ। ਅਤੇ ਸਾਡੇ ਕੰਨੇ ਕੁਝ ਸਾਥੀ ਵੀ ਹੈ, ਉਹਦੇ ਕੰਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ। ਸਾਡੇ ਕੰਨੇ ਸਿਧਾਂਤ ਹੋਰ ਨੇ ਜਿਹਦੀ ਜਿਮ ਹੈ ਹੀਰਾ ਨਗਰ ਦੇ ਵਿੱਚ। ਔਰ ਸਿਧਾਂਤ ਜੀ, ਤੁਸੀਂ ਦੇਖਿਆ ਕਰਦੇ ਹੋ ਕਿ ਗੋਹਾ ਲਿਪੇ ਦਾ ਹੈ, ਮਿੱਟੀ ਪਹਿਲਾਂ ਲੋਕ ਉਹਦੀ ਫੇਰਦੇ ਰਹੇ, ਲੇਕਿਨ ਅੱਜ ਕੱਲ੍ਹ ਇਹ ਲੁਪਤ ਹੋ ਗਈ ਹੈ, ਕੀ ਦੇਖਦੇ ਹੋ? ਦੇਖੋ ਜੀ, ਦੁਨੀਆ ਐਡਵਾਂਸ ਹੋਈ ਬੜੀ ਹੈ, ਪੁਰਾਣੀ ਚੀਜ਼ਾਂ ਲੋਕ ਭੁੱਲਾ ਦੇ ਜੀ, ਲੇਕਿਨ ਇਹ ਜਿਹੜੀ ਚੀਜ਼ ਹੈ ਇਹਦੇ ਕੰਨੇ ਪੂਰਾ ਬੰਦਾ ਕੋਈ ਬਿਮਾਰੀ ਨਹੀਂ ਲੱਗਦੀ। ਪਹਿਲਾਂ ਇਹ ਲੋਕ ਭੂਈਆਂ ਬਹੀਏ ਕੁਝ ਖਾ ਲੈਂਦੇ, ਅੱਜ ਕੱਲ੍ਹ ਭੂਈਆਂ ਲੋਕ ਬੁੰਦੇ, ਉਹ ਬੱਚੇ ਸਾਫ਼ ਕਰੋ ਸਾਫ਼ ਕਰੋ ਜਗ੍ਹਾ ਜੀ, ਪਹਿਲਾਂ ਲੋਕ ਇਹਦੇ ਉੱਪਰ ਬਹੀਏ ਕਰਦੇ, ਤਾਹੀਆਂ ਹੁੰਦੀਆਂ ਸਿੱਧਾ ਜਿਹੜੀਆਂ ਉਹ ਬਣੀ ਯਾਰ ਬਣੀ ਹੁੰਦੀਆਂ। ਅੱਜ ਦੇ ਟਾਈਮ ਪਰ ਦੇਖੋ ਤੁਸੀਂ, ਲੋਕਾਂ ਦੀ ਉਮਰ ਘੱਟਦੀ ਜਾ ਰਹੀ, ਕਿਉਂ ਘਟਾ ਦੀ ਕਿ ਬੰਦੇ ਐਡਵਾਂਸ ਹੋਈ ਆ, ਐਡਵਾਂਸ ਹੋਈ ਆ ਜਿਹੜੀ ਇਹ ਚੀਜ਼ਾਂ ਡੁਪਲੀਕੇਸੀ ਜ਼ਿਆਦਾ, ਹਾਂ ਡੁਪਲੀਕੇਸੀ ਜ਼ਿਆਦਾ, ਇਹ ਜਿਹੜੀ ਚੀਜ਼ਾਂ ਨੈਚੁਰਲ ਚੀਜ਼ਾਂ ਜਿਹੜੀਆਂ ਪੁਰਾਣੀਆਂ ਬਣਾਈਆਂ, ਤਾਹੀਆਂ ਲੋਕਾਂ ਦੀ ਉਮਰ ਜਿਹੜੀ ਆ ਉਹ 100+ ਜਾਂਦੀ ਸੀ। ਬਿਲਕੁਲ, ਅਤੇ ਔਰ ਇਹ ਕੱਚਾ ਵਿਹੜਾ ਹੁੰਦਾ ਰਿਹਾ ਨਾ, ਅਤੇ ਹੁਣ ਮਾਰਬਲ ਪਾਏ, ਲੋਕਾਂ ਪਲੇਟਾਂ ਪਾਈ ਦੀਆਂ, ਥੋੜ੍ਹਾ ਜਿਹਾ ਪਾਣੀ ਪਈ ਆ, ਤਲੈਟ ਲੱਗੀ ਜਾਂਦੀ, ਲੱਕ ਭੱਜੀ ਜਾਂਦਾ, ਰੋਂਦਾ ਵੀ ਪੈਂਦਾ, ਮੰਜੇ ਪਏ ਦਾ ਮੰਜੇ ਰਹਿੰਦਾ, ਇਹਦੇ ਉੱਪਰ ਕੋਈ ਤਲੈਟ ਨਹੀਂ ਲੱਗਣੀ, ਕੋਈ ਕੁਛ ਨਹੀਂ, ਬੜਾ ਫਸਟ ਕਲਾਸ ਹੈ। ਅੱਛਾ, ਗੋਤੀ ਜਿਹੜਾ ਫੇਰੀ ਦੀ ਲੱਭਦੀ ਬੜੀ ਸ਼ਾਇਦ, ਵਿਆਹ ਬੜਾ ਸ਼ਾਇਦ, ਪੋਚਾ ਫੇਰਦਾ, ਪੋਚਾ ਫੇਰ ਉਸ ਉਹ ਅਸੀਂ ਆਖਦੇ ਆਪਣਾ ਸਵੇਤਾ ਉੱਪਰ ਬਾਰਡਰ ਬਣਾਇਆ ਦਾ ਹੋਇਆ ਉਹਦਾ, ਉਹ ਬੜੀ ਏ ਕਲਾਸ ਚੀਜ਼ ਲੱਗਦੀ, ਔਰ ਸਾਈਡ ਪਰ ਲੋਕ ਇਹਦੇ ਦਾਣੇ ਪਾ ਦੇ ਵਿਛਾਣੇ ਜੀ, ਦਾਣੇ ਕਿੱਥੇ ਕਰੇ ਦੇ, ਉਹ ਕਿਹੜੇ ਦਾਣੇ ਆ ਜਿਹੜਾ ਅਸੀਂ ਪਿਆਣੇ ਆਪਣੇ ਉਹ ਕਰਨੇ ਅੱਡ ਖਾਣਾ, ਅਤੇ ਉਹ ਸਿੱਧਾ ਬਣਨੀ ਹੈ ਬਣਨੀ, ਅੱਜ ਕੱਲ੍ਹ ਮਾਰਬਲ ਚੜੇ ਦੇ ਟਾਈਲਾਂ ਚੜੀਆਂ ਇਹ ਉਹਦੇ ਸਿੱਧੀ ਪਾ ਦੀਆਂ, ਲੋਕੇ ਪੁਰਾਣੀ ਚੀਜ਼ਾਂ ਆਪਣੀਆਂ ਜਿਹੜੀਆਂ ਭੁੱਲੀ ਜਾ ਰਹੀ, ਜੋ ਕਿ ਨਹੀਂ ਭੁੱਲੀ ਜਾਂਦੀਆਂ। ਇਹ ਜਿਹੜਾ ਦੇਖੋ ਨਾ ਕਿੰਨਾ ਸੋਹਣਾ ਵਧੀਆ ਲੱਗਾ ਵਾ, ਇਹ ਹੁਣ ਹੁਣ ਵਾਲਾ ਗੋਤੀ ਫਿਰੀ ਦੀ ਸੁੱਕਣੀ ਸੁੱਕਣਾ ਜਿਹੜਾ, ਇਹ ਦੇਖੋ ਫਸਟ ਕਲਾਸ ਕਿੰਨਾ ਬਣਨਾ, ਇਹ ਦੇਖੋ ਪੁਰਾਣਾ ਜਿਹੜਾ ਛੱਤ ਪੇਦਾ, ਪੁਰਾਣਾ ਛੱਤ ਪੇਦਾ ਜਿਹੜਾ, ਇਹ ਦੇਖੋ ਕਿੰਨਾ ਫਸਟ ਕਲਾਸ ਹੈ ਜਿਹੜਾ ਪੇਦਾ, ਔਰ ਇਹ ਇੰਦਰਾ ਇੰਨਾ ਠੰਡਾ ਹੋਣਾ ਕਿ ਇੰਨਾ ਏਸੀ ਵੀ ਠੰਡਾ ਨਹੀਂ ਕਰ ਸਕਦਾ ਜਿੰਨਾ ਇਹ ਠੰਡਾ ਜੀ ਜੀ। ਅਤੇ ਬੜਾ ਸ਼ਾਇਦ ਲੱਗਾ ਇਹਨੇ ਗੱਲਬਾਤ ਕਰੀ ਹੈ, ਔਰ ਫਿਰ ਵਰਤੀਏ ਮੈਂ ਇਹੋ ਜਿਹਾ ਬਲੌਗ ਲਈ ਆਉਂ, ਅਤੇ ਇਹ ਬਲੌਗ ਫਿਲਹਾਲ ਸ਼ੇਅਰ ਕਰੋ ਔਰ ਕਮੈਂਟ ਕਰੋ ਕਿ ਇਹ ਦਿਨ ਜਿਹੜੇ ਨੇ ਕੁਣ ਕੁਣ ਦੇਖੇ।